ਨਵਾਂ ਪ੍ਰਧਾਨ ਬਣਾ ਲਓ ਆਪਣਾ ਜੇ ਨਹੀਂ ਚੱਲਦਾ ਬੀਬੀ ਤੋਂ ਰਲ ਮਿਲ ਕੇ ਪਰ ਅਸਲ ਨੁਕਸਾਨ ਸ਼ਹਿਰ ਦਾ ਹੋ ਰਿਹਾ ਸਾਥ ਵਿੱਚ ਇਹ ਬਹੁਤ ਮਦਭਾਗੀ ਗੱਲ ਹੈ ਸ਼ਹਿਰ ਨੂੰ ਨਾ ਵਿੱਚ ਘੜੀਸੋ ਸ਼ਹਿਰ ਦੀ ਜਨਤਾ ਨੂੰ ਨਾ ਤੰਗ ਕਰੋ ਪੋਲਿਟਿਕਸ ਕਰਨੀ ਹੈ ਮੇਰੇ ਨਾਲ ਡਾਇਰੈਕਟ ਕਰੋ ਲੇਕਿਨ ਸ਼ਹਿਰ ਨੂੰ ਵਿੱਚ ਨਾ ਘੜੀਸੋ ਇੱਥੇ ਇੰਨੀ ਆਬਾਦੀ ਵੱਧ ਰਹੀ ਹੈ ਬੇਸ਼ੁਮਾਰ ਤੇ ਕਮੇਟੀ ਦਾ ਪ੍ਰਸ਼ਾਸਨ ਜ਼ੀਰੋ ਜ਼ੀਰੋ ਤੇ ਉਹਨਾਂ ਨੇ ਜਿਸ ਮੇਰੇ ਖਿਲਾਫ ਧਰਨਾ ਲਗਾਇਆ ਕਿ ਮੈਂ ਕੰਮ ਨਹੀਂ ਕਰਦੀ ਤੁਸੀਂ ਮੇਰੇ ਸਾਹਮਣੇ ਆ ਕੇ ਬੈਠੋ ਤਾਂ ਸਹੀ ਮੈਂ ਦੱਸੋ ਤੇ ਮੈਨੂੰ ਦੱਸੋ ਕਿ ਮੈਂ ਕਿਹੜਾ ਕੰਮ ਨਹੀਂ ਕਰਦੀ ਸਰਦਾਰ ਜਗਮੋਹਨ ਸਿੰਘ ਗੰਗ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅਤੇ ਜੀਆਂ ਕਹਿ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਰਦਾਰ ਮਿਊਨਿਸਪਲ ਕਮੇਟੀ ਵੀ ਇੰਨੀ ਗਰਮੀ ਹੈ ਮੈਂ ਕਿਉਂ ਜਾਣਾ ਹੈ ਕਾ ਵਾਸਤੇ ਜਾਣਾ ਹੈ ਲੇਕਿਨ ਜਦੋਂ ਕੋਈ ਵੀ ਚੀਜ਼ ਹੱਥ ਤੋਂ ਬਾਹਰ ਹੋ ਜਾਂਦੀ ਹੈ ਉੱਥੇ ਫਿਰ ਹਰ ਆਦਮੀ ਮਜ਼ਬੂਰ ਹੋ ਜਾਂਦਾ ਹੈ ਕਿ ਮੈਨੂੰ ਹਰ ਦੁੱਖ ਦੇ ਸੁੱਖ ਦੇ ਵਿੱਚ ਸਾਂਝ ਹੋਣਾ ਪੈਣਾ ਉਹਦੀ ਤਾਂ ਹੈ ਇੱਕਾ ਜਸੀ ਨਗਰ ਕੌਂਸਲ ਦੇ ਖਿਲਾਫ ਨਗਰ ਕੌਂਸਲ ਪ੍ਰਧਾਨ ਦੇ ਖਿਲਾਫ ਅਸੀਂ ਗਨੋਸ ਦੇ ਨਾਂ ਦੇਣ ਜਾਣੇ ਆ ਇੱਥੇ ਇੰਨੀ ਆਬਾਦੀ ਵੱਧ ਰਹੀ ਹੈ ਬੇਸ਼ੁਮਾਰ ਤੇ ਕਮੇਟੀ ਦਾ ਪ੍ਰਸ਼ਾਸਨ ਜ਼ੀਰੋ ਜ਼ੀਰੋ ਮੈਂ ਵੋਟਾਂ ਤੋਂ ਪਹਿਲਾਂ ਕਿਹਾ ਕੱਲੇ ਕੱਲੇ ਵਾਰਡ ਵਿੱਚ ਜਾ ਕੇ ਆ ਬੱਬੂ ਜੀ ਬੈਠੇ ਨੇ ਲੌਂਗੀਆ ਸਾਹਿਬ ਸੋਰੀ ਸਨੀ ਇਨਕਲੇਵ ਤੋਂ ਹਰ ਜਗ੍ਹਾ ਗਿਆ ਇਹ ਖਰੜ ਵਾਸੀਓ ਮੇਰੀ ਇੱਕ ਸ਼ਰਤ ਮੰਨ ਲਓ ਬੇਨਤੀ ਮੰਨ ਲਓ ਮੇਰਾ ਪ੍ਰਧਾਨ ਬਣਾ ਦਿਓ ਕਮੇਟੀ ਦਾ ਔਖੇ ਸੌਖੇ ਤੇ ਸੌ ਜੋ ਦੇਖਣਾ ਜਗਮੋਹਨ ਸਿੰਘ ਕੰਗ ਦੀਆਂ ਝੱਟਾ ਬੇੜਾ ਗਰਕ ਹੋ ਗਿਆ ਕਲੀਆਂ ਪੇਟਾਂ ਨੇ ਜਿਵੇਂ ਬੀਬੀ ਨੇ ਕਿਹਾ ਕੱਖ ਨਾ ਰਹੇ ਉਹ ਪਤਾ ਹੈ ਭੇਡਾਂ ਕੌਣ ਆ ਮੈਂ ਨਾਮ ਨਹੀਂ ਲੈਣਾ ਇੱਕ ਦੱਸੋ ਵੋਟਾਂ ਪਈਆਂ ਪ੍ਰਧਾਨ ਦੀਆਂ 3-5-21 ਤੇ ਮਿੱਤਰੋ ਅੱਜ 2 ਸਾਲ ਕਿੰਨੇ ਦਿਨ ਹੋ ਗਏ ਕੋਈ ਮੀਟਿੰਗ ਨਹੀਂ ਕੋਈ ਮਤਾ ਪਾਸ ਨਹੀਂ ਕਾਨੂੰਨ ਹੈ ਨਾ ਜੇ ਪੰਚਾਇਤ ਮਤਾ ਪਾਸ ਕਰੂਗੀ ਤਾਂ ਪੈਸੇ ਲੱਗਣਗੇ ਜੇ ਕਮੇਟੀ ਮਤਾ ਪਾਸ ਕਰੂਗੀ ਤਾਂ ਵਿਕਾਸ ਹੋਊਗਾ ਨਹੀਂ ਭਾਈ ਬੀਬੀ ਸਰਕਾਰ ਬੀਬੀ ਲੌਂਗੀਆ ਪ੍ਰਧਾਨ ਜੀ ਮੇਰੀ ਬੇਟੀ ਮੈਂ ਪਹਿਲਾਂ ਕਿਹਾ ਛੱਡ ਕੇ ਪਾਸੇ ਲੱਗ ਜੇ ਕੱਲ ਨੂੰ ਮੈਨੂੰ ਮੁੱਖ ਮੰਤਰੀ ਮਾਨ ਸਾਹਿਬ ਜਾਂ ਹੋਰ ਕਹਿ ਕੇ ਮੇਰੇ MLA ਕੰਟਰੋਲ ਚ ਨਹੀਂ ਹੈ MLA ਜੀ ਮੈਂ ਕਿਆ ਕਰਾਂ ਫੜੇ ਮੂੰ ਤੁਹਾਡਾ ਦੱਸੋ ਮੈਨੂੰ ਜਦ MLA ਕੰਟਰੋਲ ਨਹੀਂ ਰਹੇ ਕੈਪਟਨ ਸਾਹਿਬ ਦੇ ਸੁਣ ਲਓ ਜਦ MLA ਕੰਟਰੋਲ ਨਹੀਂ ਰਹੇ ਨਾ ਅਸਤੀਫਾ ਦੇ ਦਿੱਤਾ ਮੁੱਖ ਮੰਤਰੀ ਹੋਰ ਬਣ ਗਿਆ ਯਾਰ ਕੋਈ ਸਿਧਾਂਤ ਹੈ ਅਸੂਲ ਹੈ ਹਾਈ ਕਮਾਂਡ ਨੂੰ ਵੀ ਲੱਗਿਆ ਕਿ ਖਿੜਗੀ ਪਾਰਟੀ ਤੂੰ ਭਾਈ ਅਸਤੀਫਾ ਦੇ ਦੇ ਅਗਰ ਜੀ ਮੈਨੂੰ ਕੰਮ ਨਹੀਂ ਕਰਨ ਦਿੰਦੇ ਭਾਈ ਬੀਬੀ ਤੂੰ ਆਵਾਜ਼ ਚੱਕੀ ਕਿਤੇ ਤੁਸੀਂ ਮੈਨੂੰ ਅੱਜ ਤੱਕ ਬੀਬੀ ਕਿਹਾ ਪ੍ਰਧਾਨ ਜੀ ਕੰਗ ਸਾਹਿਬ ਮੇਰੀ ਹੈਲਪ ਕਰੋ ਤੁਸੀਂ ਰੂਲਿੰਗ ਪਾਰਟੀ ਚੋਂ ਚਾਹੇ ਵਰਕਰ ਹੋ ਲੀਡਰ ਨਹੀਂ ਹੋ ਤੁਸੀਂ ਲੀਡਰ 47 ਸਾਲ ਸੇਵਾ ਕੀਤੀ ਹੈ ਕਾਂਗਰਸ ਦੀ 3 ਵਾਰ ਵਜ਼ੀਰ ਰਹੇ ਹੋ ਮੇਰਾ ਕੁਛ ਕਰੋ ਤੁਹਾਡੇ ਆਸ਼ੀਰਵਾਦ ਨਾਲ ਸੰਗਤ ਦੇ ਜਨਤਾ ਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰੇ ਬਿਨਾ ਅੱਜ ਸਾਰੇ ਕੰਮ ਮੇਰੇ ਹੁੰਦੇ ਆ ਲੈ ਕੇ ਕਰਤੋ ਮੁੱਖ ਸਕੱਤਰ ਦਾ ਘਰ ਬੈਠੇ ਦੇ ਕੋਠੀ ਅੱਜ ਵੀ ਭੀੜ ਲੱਗੀ ਹੁੰਦੀ ਹੈ ਮੁੰਡੇ ਵਾਲੇ ਬੰਦੇ ਆਉਣੇ ਅੱਜ ਵੀ ਆਏ ਹੋਏ ਕਈ ਸਾਥੀ ਮੇਰੇ ਪੜ੍ਹ ਕੇ ਵਟਸਐਪ ਦੇਖ ਕੇ ਤੋ ਜੋ ਮਤਾ ਪਾਸ ਨਹੀਂ ਕੋ ਹੋਣਾ ਛੱਡੋ ਪਰੇ ਯਾਰ ਮੈਂ ਜਾਣਾ ਮੇਰਾ ਵਾਹਿਗੁਰੂ ਭਗਵੰਤ ਮਾਨ ਸਰਕਾਰ ਪੂਰਾ ਯਤਨ ਕਰ ਰਹੀ ਹੈ ਸ਼ਹਿਰਾਂ ਪਿੰਡਾਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਪਰ ਸੰਗਤ ਦੇ ਕਮੇਟੀਆਂ ਦੇ ਸਹਿਯੋਗ ਦੀ ਲੋੜ ਹੈ ਉਸ ਕਰਕੇ ਖੜ ਕਮੇਟੀ ਵਿੱਚ ਸਾਡਾ ਜੋ ਲੋਕਲ ਸੈਲ ਗਵਰਨਮੈਂਟ ਹੈ ਉਹਦੀ ਪ੍ਰਧਾਨ ਹੈ ਉਹ ਪ੍ਰਧਾਨ ਕਹਿ ਰਹੀ ਹੈ ਕਿ ਆਪਾਂ ਕਹਿੰਦੇ ਪ੍ਰਧਾਨ ਸਾਹਿਬ ਇਹਨੂੰ MC ਨਹੀਂ ਚੱਲ ਰਹੇ ਉਹ ਕੰਮ ਕਰਨ ਤਿਆਰ ਆ ਜੀ ਤੁਸੀਂ ਅੱਜ ਦੇ ਪਹਿਲੇ ਧਰਨਾ ਦਾ ਗਲਤ ਸੀਗਾ ਈਓ ਬਦਲ ਗਿਆ ਕਰਪਟ ਈਓ ਸੀ ਉਸ ਤੋਂ ਪਹਿਲਾਂ ਆਪਾਂ ਕਿਉਂ ਨਹੀਂ ਧਰਨਾ ਦਿੱਤਾ ਗੰਗ ਸਾਹਿਬ ਦੇਖੋ ਹੁਣ ਜੇ ਪਤਾ ਹੀ ਨਹੀਂ ਈਓ ਕਰਪਟ ਹੈਗਾ ਜੀ ਉਹ ਦੇਖੋ ਗੱਲ ਹੁਣ ਬਦਲ ਗਿਆ ਨਹੀਂ ਨਹੀਂ ਬਦਲ ਨਹੀਂ ਗਿਆ ਨਾ 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 ਤੁਸੀਂ ਵਟਸਐਪ ਦੇਖੋ ਮੇਰੇ ਹਾਂਜੀ ਕਿੰਨੇ ਦਿਨ ਤੋਂ ਮੇਰੀਆਂ ਮੀਟਿੰਗਾਂ ਚੱਲ ਰਹੀਆਂ ਮੈਨੂੰ ਕਿਸੇ ਨੇ ਈਓ ਬਦਲ ਕੇ ਕੈਂਸਲ ਮੈਂ ਕਿਉਂ ਕੈਂਸਲ ਕਰਦਾ ਬਈ ਸੰਗਤ ਬੁਲਾਈ ਹੋਈ ਹੈ ਮੈਂ
हाँ साड़ा वो एजेंडा कैंसल हो गया, असं कमेटी ना नारा मार के नहीं गए, जाना सी कमेटी, असी अनुशासन वाले बंदे हाँ, कमेटी अंदर हला गुला नहीं किया, बाहर टेंट लाया अपना। प्रधान कहती है कि मैं बजट की मीटिंग रख रही है, एमसी कुछ उन्होंने नाल है, पर सरकार जी बजट की मीटिंग तक नहीं होने दे रही, जबकि सरकार थोड़ी है जी। देखो, खुद नहीं मीटिंग थोड़ी होने दे रही, देखो गल है अनमोल मान बारे मैं पता नहीं, लेकिन प्रधान लीडर है, लीडर ऑफ द हाउस है, चुनी हुई है, वह फर्ज बनता है मेहनत कर ले, तरला करे, भैन भरा करके सदे जोड़े जोड़ी क्यों नहीं है, फिर इस्तीफा दे दे, नहीं चलता हूँ। धरने के नगर कौंसल की प्रधान आई थी अपना पक्ष रखने लाई, लीडरशिप क्वालिटी है, दस के बैन सिंह बारे सर बंदे नाल लाए जोड़े, हुण कैप्टन साहब को एमएलए घट गए, इस्तीफा दे गए, तो उदाहरण की गल है ना, नवी गल नहीं है। ਤੁਸੀਂ ਕਹਿੰਦੇ ਹੋ ਕਜੋਲੀ ਵਾਟਰ ਦਾ ਪਾਣੀ ਮੈਂ ਲੈ ਕੇ ਆਇਆ ਜੀ, ਹੁਣ ਸਰਕਾਰ ਤੁਹਾਡੀ ਹੈ, ਫਿਰ ਵੀ ਪਾਣੀ ਨਹੀਂ ਮਿਲ ਰਿਹਾ ਲੋਕਾਂ ਨੂੰ, ਕੀ ਕਹਿਣਾ ਚਾਹੋਗੇ? ਦੇਖੋ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਲੇਟੈਸਟ ਡਿਵੈਲਪਮੈਂਟ ਹੋਈ ਹੈ ਮੇਰੇ ਹੰਬਲਾ ਮਾਰੇ ਤੋਂ ਮਗਰ ਪਏ ਤੋਂ, ਕਿ ਸਰਕਾਰ ਮੰਨ ਗਈ, ਕਮਾਂਡਾ ਮੰਨ ਗਿਆ, ਮੈਂ ਦੱਸਿਆ ਉਹਨੂੰ ਸੈਕਟਰੀ ਸਾਹਿਬ ਨੇ, ਉਹਨਾਂ ਨੇ ਆਫਰ ਕਰਤੀ ਕਮੇਟੀ ਨੂੰ ਕਿ ਸਾਡਾ ਟੈਂਕ ਵਰਤ ਲਓ, ਮਾਲੀ ਵਾਲਾ ਟੈਂਕ ਬਾਅਦ 'ਚ ਬਣਾ ਲਿਓ, ਪਾਈਪਲਾਈਨ ਪਾ ਲਓ, ਉਹੀ ਨਹੀਂ ਪਾ ਰਹੇ, ਕਿਉਂ ਕਮੇਟੀ ਦੀ ਮੀਟਿੰਗ ਕੋਈ ਨਹੀਂ ਹੋ ਰਹੀ, ਪੈਸਾ ਨਹੀਂ ਕਮੇਟੀ ਰਿਲੀਜ਼ ਕਰ ਰਹੀ, ਕੰਮ ਖਤਮ ਹੈ। इस करके मैं धनवाद दी निजर साहब सारंग सरकार मंत्री का, मेरे खिलाफ मीटिंग बुलाई, खलौना दिता तो माड़ा मोटा काम तुरे है, कई प्रोजेक्टा का तुम भी नींह पत्थर रखा था जी, होने वाली सरकार के नाल रल के, वह भी हजे तक नहीं चालू हुए जी। देखो जी का नींह पत्थर मैं रखे ना, सारे प्रोजेक्ट चल पे, जाके चुंगिया सेंटर देख लो, कम्यूनिटी सेंटर अंडरब्रिज देख लो, जो ग्रेन मार्केट जाके देख लो, किन्ना रुपया लाया, 2-3 करोड़ रुपया लाया मैं, समझे कि नहीं गल। हूँ जो नींह पत्थर रखा से मैं उत्थे का म्यूनसिपल भवन का, वह नहीं बने लड़ाई एम सी आपस, वो पत्थर रखे नहीं, म्यूनसिपल गुरु नानक भवन का म्यून पत्थर रखा सी, वो लड़ाई आपस, ये जो लड़ाई है आपस एम सी की, इन्हें बेड़ा कर खैर का करता। मैं एम सी अपील करूँगा, बेनती करूँगा कि खै बारी सियात छड़ के रब के वास्ते कट्ठे हो जाओ, नवा प्रधान बना लो अपना, जो नहीं चलता बीबी तो रल मिल के, पर नुकसान शहर का हो रहा सियासत, ये बहुत मंदभागी गल। सैनी साहब थोड़ी गल बिल्कुल सही है, लोगों ने मैं भी कदे कदे कहा कंग साहब आती नहीं, मैं भाई मंत्री बन गई है, मंत्री बड़ा रजेवा होंगे, वो पिता जी है, वह भाई सिपाही है, पता लगे मैं पुलिस चो तुरै फिर गल गुल करता है, लेकिन साड़ी मैं दसिया कि मैं आम पार्टी का वर्कर, जो मर्जी काम मेरे को आओ, नहीं आती मैं कहूँगा भाई बीबी जाया कर, तू लोग मुलामा दे रहे हैं, तू जामन कंग साहब बने से, मैं कहूँगा, पहले भी कहता रहे हूँ भी कहूँगा। ਤੁਸੀਂ ਕਹਿੰਦੇ ਹੋ ਕਿ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਜੀ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੋਣ ਕਰਕੇ ਤੁਸੀਂ ਅੱਜ ਜਿਹੜਾ ਹੈ ਧਰਨਾ ਲਗਾਇਆ, ਪਰ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਹੋਰ ਕੋਈ ਲੀਡਰ ਜਾਂ ਵਰਕਰ ਕੋਈ ਵੀ ਨਹੀਂ ਰਹੇਗਾ ਜੀ, ਦੇਖੋ ਕਿਆ ਨਾਰਾਜ਼ ਹੈ ਜੀ ਫਾਤੇ, ਇਹ ਕੋਈ ਇੰਨੀ ਸੰਗਤ ਬੈਠੀ ਸੀ ਕਿੱਥੋਂ ਆਈ ਹੈ, ਇਹ ਆਮ ਜਨਤਾ ਹੀ ਹੈ ਨਾ, ਇਹ ਆਮ ਜਨਤਾ ਹੀ ਹੈ ਨਾ, ਆਮ ਮਤਲਬ ਕਿ ਆਮ ਜਨਤਾ ਮੇਰੇ ਨਾਲ ਹੈ। ਇੱਕ ਗੱਲ ਸੁਣ ਲਓ ਮੇਰੀ ਬੇਨਤੀ, ਇਹ ਮੈਂ ਮੇਰੀ 30-31 ਸਾਲ ਦੀ ਘਰ ਰਹਿ ਇਲਾਕੇ, बच्चे का कहना कि असी कंग नाल हैं, असी किसी पार्टी ग्रुप नाल नहीं, कंग नाल, क्यों? कंग की सेवा दिन रात, दुख सुख की हाजिरी, लगातार विकास इलाके करा, माजरी जाकर देख लो किन्ने डैम लवाए, पड़ौल का पुल लवाया, सब सील बनाई, गुंडे सब सील बनाई, सब कुछ करिया, मैनू काम करने का शौक है, जज्बा है। अगर हुण भी यह काम नहीं होंगे है, फिर धरने तो बाद भी फिर की करोगे जी? देखो गल यह है, फिर तो समा दसूगा की करांगे, मैं चुप करके बैठना नहीं है, मैं जल्दी उपराले करके सरकार लैवल से शुरू कराने की कोशिश करूँगा, पर मैं कमेटी ने मता पास करना है। मैं खेलो इंडिया स्कीम लैके आया सी, जो मैं MLA सी का, वो रुकी पई है, दिल्ली धक्का ही ला रहे उसू, सनी क्लेव 25 करोड़ का प्रोजेक्ट से खेलो इंडिया खेडा महकमा का, तो कुछ करते ही नहीं, डक्का ही तोड़ते, MC अपना अपना मस्त है सारे, हूँ मैं MC कहते सुने, साढ़े सुनवाई नहीं है, दसो कि मतभागी कहते MC है, कहते थोड़ी सुनवाई नहीं हो रही। मैं सब अपील करदा शिकवे गले भुला के छड़ो, कालिया भेडा ने बेड़ा करता है साडे टीम का, सबनों पता है कौन है कालिया भेडा, वाहेगुरू उन्होंने आपे देखो कि सजा देनी है, सारी बीबी ने कहा ये कीड़े पै के मारन गए जिहड़े साडे भेड़ कालिया भेडा। सब तो पहला तो मैं जगमोहन सिंह कंग जी नूं, जो कि बहुत रिस्पैक्टेबल है, उन्हें दा थैंक्स करना चाहती हाँ कि उन्होंने अज धरना लगाया, तो सुती जिहड़ी सरकार है वह कुछ तो अखा खोलूगी, उन्होंने कुछ तो पता लगेगा भी हाँ कौन किन्ने क पानी च, ते उन्होंने जिस मेरे खिलाफ़ धरना लगाया कि मैं काम नहीं करती,
ਤੁਸੀਂ ਮੇਰੇ ਸਾਹਮਣੇ ਆ ਕੇ ਬੈਠੋ ਤਾਂ ਸਹੀ, ਮੈਂ ਦੱਸੋ ਅਤੇ ਮੈਨੂੰ ਦੱਸੋ ਕਿ ਮੈਂ ਕਿਹੜਾ ਕੰਮ ਨਹੀਂ ਕਰਦੀ। ਹਰੇਕ ਕੰਮ ਕੀਤਾ ਹੋਇਆ ਨਗਰ ਕੌਂਸਲ ਦੇ ਵਿੱਚ, ਆਜ਼ਾਦੀ ਮੈਂ ਆਈ ਹਾਂ, ਹਰੇਕ ਡਿਵੈਲਪਮੈਂਟ ਦਾ ਕੰਮ, ਹਰੇਕ ਲੋਕਾਂ ਦੀ ਜੋ ਆਪਣੇ ਆਮ ਜਨਤਾ ਦੀ ਸਹੂਲਤ ਦਾ ਕੰਮ ਮੈਂ ਕੀਤਾ ਹੋਇਆ, ਮੈਂ ਮੀਟਿੰਗਸ ਕੀਤੀਆਂ ਹੋਈਆਂ ਨੇ, ਕੀ ਕੰਮ ਨਹੀਂ ਕੀਤਾ ਹੋਇਆ। ਤੋ ਆ ਕੇ ਮੈਨੂੰ ਪੁੱਛਣ ਤਾਂ ਸਹੀ, ਮੇਰੇ ਕੋਲ ਮਿਲਣ ਤਾਂ ਸਹੀ। ਕਹਿੰਦੇ ਤੁਹਾਡਾ ਕੌਲਮ ਪੂਰਾ ਨਹੀਂ ਹੈਗਾ, ਕੌਲਮ ਪੂਰਾ ਹੁਣ ਜਦ ਮੈਂ ਮੀਟਿੰਗਸ ਕਰੀਆਂ ਸੀ ਉਸ ਟਾਈਮ ਵੀ ਮੇਰਾ ਕੌਲਮ ਪੂਰਾ ਸੀ। ਮੀਟਿੰਗਸ ਦੇ ਵਿੱਚ ਸਮੂਹ MC ਵੀ ਬੈਠੇ ਹੋਏ ਸੀ, ਬਹੁਮਤ ਦੇ ਨਾਲ ਮੀਟਿੰਗ ਵੀ ਪਾਸ ਹੋਈ ਹੋਈ ਸੀਗੀ। ਅਤੇ ਇਹ ਜਿਹੜੇ ਮੀਟਿੰਗਸ ਨੇ ਨਾ, 58 ਕਰੋੜ ਦੀ ਮੀਟਿੰਗ ਹੋ ਗਈ ਜਾਂ 45 ਕਰੋੜ ਦੀ ਮੀਟਿੰਗ ਹੋ ਗਈ ਜਾਂ ਕਜੌਲੀ ਦੀ ਮੀਟਿੰਗ ਹੋ ਗਈ, ਇਸ ਮੀਟਿੰਗਾਂ ਦੇ ਵਿੱਚ ਸਮੂਹ MC ਸਾਹਿਬਾਨ ਨੇ ਬਹੁਮਤ ਦੇ ਨਾਲ ਇਸਨੂੰ ਪ੍ਰਵਾਨ ਕੀਤਾ ਸੀਗਾ। ਇੱਕ ਜੋ 58 ਕਰੋੜ ਦੀ ਸੀ ਉਸ 'ਚ ਥੋੜ੍ਹਾ ਰੌਲਾ ਪਿਆ ਸੀ, ਲੇਕਿਨ ਬਾਕੀ ਦੀਆਂ ਉਹਨਾਂ ਨੇ ਬਹੁਮਤ ਦੇ ਨਾਲ ਪਾਸ ਕੀਤਾ ਸੀ। ਉਦੋਂ ਮੇਰੇ ਕੋਲ ਪੂਰਾ ਬਹੁਮਤ ਸੀ। ਮੈਂ ਨਾ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ। ਮੈਨੂੰ ਕਿਹਾ ਜਾਂਦਾ, ਐਲੀਗੇਸ਼ਨ ਲਗਾਈ ਜਾਂਦੀ ਕਿ ਮੈਂ ਮੀਟਿੰਗ ਨਹੀਂ ਕਰਦੀ। ਮੇਰੇ ਮੂਹਰੇ ਸਾਰਾ 8-7 ਨੂੰ 27 ਟਿਊਬਵੈੱਲ ਪਾਸ ਕੀਤੇ ਗਏ ਹਾਊਸ ਦੇ ਵਿੱਚ ਬਹੁਮਤ ਦੇ ਨਾਲ, ਤੁਸੀਂ ਸਾਰੇ ਐਗਰੀ ਕਰਦੇ ਹੋ ਨਾ। ਅਤੇ ਬਾਅਦ 'ਚੋਂ 11-4 ਨੂੰ ਇਸੇ ਟਿਊਬਵੈੱਲਾਂ ਦੇ ਉੱਪਰ ਮੈਨੇ ਜਨਰੇਟਰ ਪਾਸ ਕਰੇ, ਕਿਉਂਕਿ ਜਦ ਲਾਈਟ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ, ਤਾਂ ਆਪਾਂ ਜਨਰੇਟਰ ਚਲਾ ਕੇ ਪਾਣੀ ਦੀ ਸਪਲਾਈ ਦੇ ਸਕਦੇ ਹਾਂ, ਕਿਉਂਕਿ ਸ਼ਹਿਰ ਨੂੰ ਪਾਣੀ ਦੀ ਤੰਗੀ ਬਹੁਤ ਆ। ਠੀਕ ਹੈ। ਅਤੇ ਉਸ ਤੋਂ ਬਾਅਦ 58 ਕਰੋੜ ਦੀ ਮੀਟਿੰਗ ਕੀਤੀ ਗਈ, ਜੋ ਮੇਰੇ ਉੱਪਰ ਐਲੀਗੇਸ਼ਨ ਲਗਾਏ ਗਏ ਹੈ ਕਿ ਮੈਂ ਮੀਟਿੰਗ ਨਹੀਂ ਕਰਦੀ। ਉਸ ਤੋਂ ਬਾਅਦ 30-12 ਨੂੰ ਅਸੀਂ 45 ਕਰੋੜ ਦੀ ਮੀਟਿੰਗ ਕੀਤੀ, ਜੋ ਹੁਣ ਤੱਕ ਡਾਇਰੈਕਟਰ ਸਾਹਿਬ ਕੋਲ ਪਈ ਹੈ, ਉਹ ਪਾਸ ਨਹੀਂ ਕਰਕੇ ਦੇ ਰਹੇ, ਤਕਰੀਬਨ 5-6 ਮਹੀਨੇ ਹੋ ਗਏ ਹੈ। ਉਸ ਤੋਂ ਬਾਅਦ ਗੱਲ ਕਰੀ ਜਾਵੇ 24 ਦੀ, ਸਪੈਸ਼ਲ ਮੀਟਿੰਗ ਰੱਖੀ ਗਈ ਸੀ 24 ਨੂੰ ਸਾਫ਼ ਕਰਨ ਵਾਸਤੇ, ਅਤੇ ਲਾਂਡਰਾ ਰੋਡ ਦੇ ਜਿਹੜੇ ਨਾਲੇ ਨੇ ਚੰਡੀਗੜ੍ਹ ਦੇ, ਉਹਨਾਂ ਨੂੰ ਸਾਫ਼ ਕਰਨ ਵਾਸਤੇ, ਕਿਉਂਕਿ ਬਰਸਾਤ ਦਾ ਮੌਸਮ ਆ ਰਿਹਾ ਅਤੇ ਆਪਾਂ ਨੂੰ ਬਰਸਾਤ ਤੋਂ ਪਹਿਲਾਂ ਸਾਫ਼ ਕਰ ਦਈਏ। ਇਹ ਮੀਟਿੰਗ ਮੈਨੂੰ ਕੀਤੀ ਗਈ, ਸਪੈਸ਼ਲ ਮੀਟਿੰਗ ਇਸ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ। ਅਤੇ ਉਸ ਤੋਂ ਬਾਅਦ ਕਜੌਲੀ ਦੀ ਜੇ ਗੱਲ ਕਰਦੇ ਨੇ, ਕੰਗ ਸਾਹਿਬ ਨੇ ਕਿਹਾ ਵੀ ਮੈਂ ਕਜੌਲੀ ਲੈ ਕੇ ਆਇਆ, 1.5-2 ਸਾਲ ਹੋ ਗਏ, ਹਾਲੇ ਤੱਕ ਕਜੌਲੀ ਦਾ ਨਾਮੋ ਨਿਸ਼ਾਨ ਕਿਉਂ ਨਹੀਂ ਹੈਗਾ? ਕਹਿੰਦੇ ਜੀ ਨਗਰ ਕੌਂਸਲ ਨੇ ਮਤਾ ਪਾਉਣਾ ਸੀ, ਉਸ ਤੋਂ ਬਾਅਦ ਪੈ ਪਛਾਣੀ ਸੀ, ਪ੍ਰਧਾਨ ਨਹੀਂ ਕਰ ਰਹੇ ਹੈਗੇ ਨਗਰ ਕੌਂਸਲ। ਮੇਰੇ ਕੋਲ ਸੈਕਟਰੀ ਸਾਹਿਬ ਵੱਲੋਂ ਜਿੱਦਾਂ ਜਿੱਦਾਂ ਐਪਲੀਕੇਸ਼ਨ ਆਉਂਦੀ ਹੈ, ਲੈਟਰਸ ਆਉਂਦੀਆਂ ਨੇ ਵੀ ਇਹ ਕੰਮ ਕੀਤਾ ਜਾਵੇ ਕਜੌਲੀ ਦੇ ਰਿਲੇਟਿਡ, ਇਹ ਕੰਮ ਕੀਤਾ ਜਾਵੇ, 4-5 ਮੀਟਿੰਗਸ ਮੈਂ ਕਜੌਲੀ ਨਾਲ ਰਿਲੇਟਿਡ ਕਰ ਚੁੱਕੀ ਹਾਂ, ਮੀਡੀਆ ਇਸ ਚੀਜ਼ ਦਾ ਗਵਾਹ ਹੈ, ਮੈਂ ਮੀਟਿੰਗਸ ਕੀਤੀਆਂ ਨੇ। ਹੁਣ ਡਾਇਰੈਕਟ ਕਹਿੰਦੇ ਪੈਸਾ ਪਾਸ ਕਰਨਾ, ਤਾਂ ਡਾਇਰੈਕਟਰ ਦੀ ਜਦ ਤੱਕ ਪਰਮਿਸ਼ਨ ਨਹੀਂ ਆਉਂਦੀ ਕਜੌਲੀ ਦਾ ਪੈਸਾ ਪਾਸ ਨਹੀਂ ਹੋ ਸਕਦਾ। ਮੈਨੂੰ ਜਦ ਵੀ ਡਾਇਰੈਕਟਰ ਦੀ ਚਿੱਠੀ ਆ ਗਈ, ਜਦ ਵੀ ਮੈਨੂੰ ਕੋਈ ਸੈਕਟਰੀ ਤੋਂ ਚਿੱਠੀ ਆਉਂਦੀ ਹੈ ਕਜੌਲੀ ਨਾਲ ਰਿਲੇਟਿਡ, ਨਾਲ ਲੱਗਦੀ ਸਪੈਸ਼ਲ ਮੀਟਿੰਗ ਕਜੌਲੀ ਨੂੰ ਲੈ ਕੇ ਰੱਖੀ ਜਾਂਦੀ ਹੈ। ਹੋਰ ਉਹਨਾਂ ਨੇ ਗੱਲ ਕਹੀ ਹੈ ਕਿ ਅੱਜ ਜਦੋਂ ਉਹਨਾਂ ਨੇ ਧਰਨਾ ਲਗਾਇਆ ਹੋਇਆ ਸੀ, ਤੁਸੀਂ ਧਰਨੇ ਦੇ ਵਿੱਚ ਸਿਰਫ ਓਨਲੀ ਡਰਾਮਾ ਕਰਨ ਗਏ ਸੀ। ਕਹਿੰਦੇ ਅਗਰ ਤੁਸੀਂ ਹਮਦਰਦ ਹੁੰਦੇ ਲੋਕਾਂ ਦੇ, ਤਾਂ ਤੁਸੀਂ ਆਪ ਲੋਕਾਂ ਨੂੰ ਇਕੱਠੇ ਕਰਕੇ ਮੰਤਰੀ ਦੇ ਜਾਂ ਸਰਕਾਰ ਦੇ ਜਾਂ EO ਦੇ ਖਿਲਾਫ ਧਰਨਾ ਲਾਉਂਦੇ, ਤੁਸੀਂ ਧਰਨਾ ਨਹੀਂ ਲਾਇਆ, ਉੱਥੇ ਡਰਾਮਾ ਕਰਨ ਗਏ ਸੀ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲੀ ਗੱਲ, ਜੋ ਮੇਰੇ ਉੱਪਰ ਐਲੀਗੇਸ਼ਨ ਲਗਾਏ ਗਏ ਸੀ ਕਿ ਮੈਂ ਕੋਈ ਕੰਮ ਨਹੀਂ ਕਰਦੀ, ਮੈਂ ਉਸ ਚੀਜ਼ ਦਾ ਸਪਸ਼ਟੀਕਰਨ ਦੇਣ ਗਈ ਸੀ ਉੱਥੇ, ਨਾ ਕਿ ਕੋਈ ਡਰਾਮਾ ਕਰਨ। ਡਰਾਮਾ ਤਾਂ ਉਹਨਾਂ ਨੇ ਕੀਤਾ ਕਿ ਮੈਂ ਅੰਦਰ ਨਹੀਂ ਜਾਣੀ ਚਾਹੀਦੀ। ਕਿਉਂ ਨਹੀਂ ਜਾਣੀ ਚਾਹੀਦੀ? ਉਹਨਾਂ ਨੂੰ ਇੱਕ ਡਰ ਸੀਗਾ ਕਿਤੇ ਮੇਰੇ ਪੁੱਲ ਨਾ ਖੁੱਲ੍ਹ ਜਾਣ, ਕਿਉਂਕਿ ਮੈਂ ਤਾਂ ਮੀਟਿੰਗਾਂ ਪਾਸ ਕੀਤੀਆਂ ਹੋਈਆਂ। ਉਹ ਸੜੇਆਮ ਬੋਲ ਰਹੇ ਹਾਂ ਪਬਲਿਕ ਦੇ ਵਿੱਚ ਵੀ ਮੈਂ ਕੋਈ ਮੀਟਿੰਗ ਨਹੀਂ ਪਾਸ ਕੀਤੀ ਹੋਈ, ਮੈਂ ਕੋਈ ਕੰਮ ਨਹੀਂ ਕਰਦੀ, ਮੈਂ ਕੋਈ ਕਜੌਲੀ ਦਾ ਕੰਮ ਨਹੀਂ ਕਰਦੀ, ਜਦਕਿ ਮੈਂ ਸਾਰੇ ਕੰਮ ਕੀਤੇ ਹੋਏ। ਫਿਰ ਤਾਂ ਸਣੇ ਏਜੰਡੇ ਮੇਰੇ ਕੋਲ, ਆ ਦੇਖੋ ਸਬੂਤ ਪਏ ਨੇ, ਚਾਹੇ ਉਹ ਟਿਊਬਵੈੱਲ ਹੈ, ਚਾਹੇ ਉਹ ਕਜੌਲੀ ਹੈ, ਚਾਹੇ ਕੁਛ ਵੀ ਆ, ਸਾਰੇ ਏਜੰਡੇ ਸਾਰਾ ਚੱਠਾ ਪੱਠਾ ਨਾਲ ਲੈ ਕੇ ਗਈ ਸੀ, ਡਰਾਮਾ ਨਹੀਂ ਸੀ ਕਰਨ ਗਈ, ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਮੈਂ ਜੋ ਬੋਲਦੀ ਹਾਂ ਸੱਚ ਬੋਲਦੀ ਹਾਂ, ਵਿਦ ਸਬੂਤ ਬੋਲਦੀ ਹਾਂ। ਅਗਰ ਹੁਣ ਵੀ ਤੁਹਾਡੇ ਕੋਈ ਅਫਸਰ ਨਹੀਂ ਸੁਣਦਾ ਹੈਗਾ ਜਾਂ ਕੋਈ ਸਰਕਾਰ ਨਹੀਂ ਸੁਣਦੀ, ਤੁਸੀਂ ਲੋਕਾਂ ਨੂੰ ਲੈ ਕੇ ਫਿਰ ਸਰਕਾਰ ਜਾਂ ਅਫਸਰਾਂ ਦੇ ਖਿਲਾਫ ਧਰਨਾ ਲਗਾਉਂਗੇ ਜੀ? ਮੈਂ ਤਾਂ ਕਹਿੰਦੀ ਹਾਂ ਮੇਰੇ ਨਾਲ ਚੱਲੋ ਡਾਇਰੈਕਟਰ ਸਾਹਿਬ ਕੋ, ਮੈਂ ਤੁਹਾਨੂੰ ਇੰਨੀ ਵੀ ਗੱਲ ਦੱਸ ਦਿੰਦੀ ਹਾਂ। ਜੇ ਤੁਹਾਡੀ ਮਤਲਬ ਕਿ ਹੁਣ ਵੀ ਸੁਣਵਾਈ ਨਹੀਂ, ਸਰਕਾਰ ਦੇ ਖਿਲਾਫ ਤੁਸੀਂ ਲੋਕਾਂ ਨੂੰ ਇਕੱਠਾ ਕਰਕੇ ਸ਼ਹਿਰ ਵਾਸੀਆਂ ਨੂੰ ਧਰਨਾ ਲਗਾਉਂਗੇ ਉਹਨਾਂ ਦੇ ਖਿਲਾਫ? ਜ਼ਰੂਰ ਕਰਾਂਗੇ ਜੀ, ਜ਼ਰੂਰ ਕਰੂੰਗੇ। ਸਰਕਾਰ ਕੰਮ ਹੀ ਨਹੀਂ ਕਰਨ ਦੇ ਰਹੀ ਹੈ। ਸਭ ਤੋਂ ਵੱਡੀ ਗੱਲ, ਮੈਂ ਸਰਕਾਰ ਦੇ ਉੱਪਰ ਐਲੀਗੇਸ਼ਨ ਲਗਾਉਂਦੀ ਕਿ ਉਹ ਮੈਨੂੰ ਨਹੀਂ ਕੰਮ ਕਰਨ ਦੇ ਰਹੀ। ਚਾਹੇ ਜੇ ਮੈਂ ਕਿਸੇ ਅਫਸਰ ਦੇ ਨਾਲ ਕੋਈ ਆਰਡਰ ਦਿੰਦੀ ਹਾਂ, ਤਾਂ ਉਹਨਾਂ ਦੇ ਜ਼ਬਾਨ ਦੇ ਸ਼ਬਦ ਪਤਾ ਕੀ ਹੁੰਦਾ ਵੀ ਮੈਡਮ ਅਸੀਂ ਮਜਬੂਰ ਹਾਂ, ਸਾਡੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਤੇ ਮੈਡਮ ਕਿੰਨੇ ਕੁ ਦਿਨ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿਓਗੇ ਕਿ ਅਗਰ ਨਾ ਕੰਮ ਸ਼ੁਰੂ ਹੋਏ ਤਾਂ ਲੋਕਾਂ ਨੂੰ ਇਕੱਠਾ ਕਰਕੇ ਤੁਸੀਂ ਵੀ ਇੱਕ ਵੱਡਾ ਜਿਹੜਾ ਹੈ ਧਰਨਾ ਪ੍ਰਦਰਸ਼ਨ ਕਰੋਗੇ ਜੀ? ਮੈਨੂੰ ਹੁਣ ਫਿਲਹਾਲ ਨਵੇਂ EO ਸਾਹਿਬ ਆਏ ਆ, ਦੇਖਦੇ ਹਾਂ ਕੋਆਰਡੀਨੇਟ ਕਰਦੇ ਆ ਕਿ ਨਹੀਂ। ਜੇ ਮੈਨੂੰ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਨਹੀਂ, ਮੈਂ ਜ਼ਰੂਰ ਕੋਈ ਨਾ ਕੋਈ ਐਕਸ਼ਨ ਲਊਂਗੀ।
उस तो बाद जो मैं थोड़ा एक कामों की पूरी लिस्ट थानू दसना चाहती हाँ मैं क्योंकि मेरे उपर सिर्फ यही एलीगेशन लगाए जाते हैं कि मैं काम नहीं करती। 27 ट्यूबवैल पास किए, 27 जनरेटर पास किए, 58 करोड़ की मीटिंग पास की, 45 करोड़ की मीटिंग पास की, 24 का मता पाया, लांडरा रोड के नाले की सफाई का मता पाया, कजौली दे 4-5 मीटिंग्स रखी मैंने, बजट मीटिंग 2 बार रख ली, दोनों बार ही नहीं रख प्रवान होण दित्ती, चाहे वह ईओ ते एलीगेशन लगावा मैं ईओ की गलती है, चाहे किसी की गलती है, चाहे प्रशासन की गलती है, बजट की मीटिंग नहीं रखन दित्ती गई हैगी। 2 ट्रीटमेंट प्लांट लगाने सी जिदे विच असी 2 एकड़ है जिहड़ा एरिया एम्पटी करके दिता होया, जो एक वार्ड नंबर 1 दे विच, एक खूनी माजरे दे विच, एक निज्जर रोड ते जिहड़ा रेन वाटर पाइप जिहड़ा उत्थे बरेली नदी च पानी पैप पाउणा, वह असी 4.5 करोड़ दे लगभग असी वह भी पास किया होया। तो एक एनीमल सेंचुरी जो आपने बहुत मुद्दा चुकया सी जानवरों का आवारा का, एनीमल सेंचुरी का असी मता पाया हुआ है लगभग 98 लाख के करीब, वह एनीमल सेंचुरी रोकी हुई है सरकार ने। हॉस्पिटल रोड का भी मता पाया हुआ सी भी खुली करनी है, बहुत बुरा हाल है, हॉस्पिटल रोड का भी मता अज सरकार दे कोल पेंडिंग पिया है। तो बाकी इंपलॉइज दी मीटिंग्स 2 बार रख लिया, दोनों बारी मैं मीटिंग नहीं करन दित्ती जा रही, तुसी मीडिया सबूत हो कि मैं ऑफिस के अंदर भी एंटर नहीं सी होण दित्ता गया। तो मैं जे उस तो बाद नजायज़ उसारियां दी इन्नियां लैटर मैं डायरैक्टर साहब नू, सैकटरी साहब नू, CM साहब नू, अपने SDM साहब नू, सब नू दे चुकी हाँ कि बहुत ज़्यादा नजायज़ उसारियां हो जाए, ईवन अपने मुंडी खरड़ मंत्री साहब के ऑफिस के सामने भी नजायज़ दुकाना बन रही, वह क्यों नहीं रुकिया है, बहुत सारिया मैं चिट्ठिया भी लिख चुकी हूँ, मेरे को हूँ भी उसके सबूत है कि नजायज़ उसारियां नू रोकिया जाए। ईवन मैं 10-10 दिन पहला कहती हाँ भी उत्थे नजायज़ कंस्ट्रक्शन हो रही है जाके रोकया जाए, लेकिन वो रोकी नहीं जाती, वो रात नू या होलीडे वाले दिन बनाई जाती है।